ਹਨੀ ਸਿੰਘ ਦਾ ਹੋਇਆ ਆਪਣੀ ਪਤਨੀ ਦੇ ਨਾਲ ਤਲਾਕ 1 ਕਰੋੜ ਰੁਪਏ ਦੇ ਵਿੱਚ ਹੋ ਗਿਆ ਸਮਝੌਤਾ ਜਾਨੋ ਕੀ ਬਣਿਆ ਤਲਾਕ ਦਾ ਕਾਰਨ ਪੰਜਾਬੀ ਗਾਇਕ ਹਨੀ ਸਿੰਘ ਅਤੇ ਉਹਨਾਂ ਦੀ ਪਤਨੀ ਸ਼ਾਲਨੀ ਤਲਵਾਰ ਦਾ ਤਲਾਕ ਹੋ ਗਿਆ ਸ਼ਾਲਨੀ ਤਲਵਾਰ ਨੇ ਪਿਛਲੇ ਸਾਲ ਦਿੱਲੀ ਦੀ 30 ਹਜ਼ਾਰੀ ਅਦਾਲਤ ਦੇ ਵਿੱਚ ਤਲਾਕ ਦੀ ਪਟੀਸ਼ਨ ਦਾਇਰ ਕਰਕੇ ਗਾਇਕ ਤੇ ਘਰੇਲੂ ਹਿੰਸਾ ਅਤੇ ਹੋਰ ਹੋਰ ਤਾਂ ਦੇ ਨਾਲ ਸਰੀਰਕ ਸਬੰਧਾਂ ਸਮੇਤ ਕਾਫੀ ਗੰਭੀਰ ਦੋਸ਼ ਲਾਈ ਸੀ ਇਸ ਨਾਲ ਹੀ ਹਨੀ ਸਿੰਘ ਅਤੇ ਸ਼ਾਲਨੀ ਹੁਣ ਅਧਿਕਾਰਤ ਤੌਰ ਤੇ ਵੱਖ ਹੋ ਗਏ ਨੇ ਖਬਰਾਂ ਦੀ ਮੰਨੀਏ ਤਾਂ ਸ਼ਾਲਨੀ ਨੇ ਹਨੀ ਸਿੰਘ ਤੋਂ ਤਲਾਕ ਦੇ ਲਈ 10 ਕਰੋੜ ਰੁਪਏ ਦੀ ਪੱਤਾ ਮੰਗਿਆ ਸੀ ਪਰ ਹੁਣ ਦੋਵਾਂ ਵਿਚਾਰੇ 1 ਕਰੋੜ ਦੇ ਵਿੱਚ ਸਮਝੌਤਾ ਹੋ ਗਿਆ ਵੀਰਵਾਰ ਨੂੰ ਹਨੀ ਸਿੰਘ ਨੇ ਦਿੱਲੀ ਸਾਗਰ ਜਿਲ੍ਹਾ ਅਦਾਲਤ ਦੀ ਫੈਮਲੀ ਕੋਰਟ ਦੇ ਵਿੱਚ ਸੀਲ ਬੰਦ ਲਫਾਫੇ ਦੇ ਵਿੱਚ 1 ਕਰੋੜ ਦਾ ਚੈੱਕ ਸ਼ਾਲਨੀ ਤਲਵਾਰ ਨੂੰ ਸੌਂਪ ਦਿੱਤਾ 10 ਅਗਸਤ ਨੂੰ ਸ਼ਾਲਨੀ ਨੇ ਹਨੀ ਸਿੰਘ ਖਿਲਾਫ ਦਿੱਲੀ ਦੀ 30 ਹਜ਼ਾਰੀ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਉਸਨੇ ਦੋਸ਼ ਲਗਾਇਆ ਸੀ ਕਿ ਹਰਦੇਸ਼ ਸਿੰਘ ਉਰਫ ਹਨੀ ਸਿੰਘ ਨੇ ਉਸਦੇ ਨਾਲ ਕੁੱਟਮਾਰ ਕੀਤੀ ਤੇ ਉਸਨੇ ਵਿਆਹ ਨੂੰ 10 ਸਾਲ ਦਿੱਤੇ ਪਰ ਬਦਲੇ ਵਿੱਚ ਉਹਨਾਂ ਨੇ ਮਾਨਸਿਕ ਅਤੇ ਸਰੀਰਕ ਤੌਰ ਤੇ ਪੀੜਿਤ ਕੀਤਾ ਇਸ ਤੋਂ ਇਲਾਵਾ ਸ਼ਾਲਨੀ ਤਲਵਾਰ ਨੇ ਇਹ ਵੀ ਦੋਸ਼ ਲਾਇਆ ਸੀਗਾ ਕਿ ਗਾयक ਅੰਤਰਰਾਸ਼ਟਰੀ ਟੂਰ ਤੇ ਜਾਣ ਦੇ ਬਹਾਨੇ ਕਈ ਔਰਤਾਂ ਦੇ ਨਾਲ ਨਜਾਇਜ਼ ਸਬੰਧ ਬਣਾਉਂਦਾ ਸੀ ਉਸਦੇ ਪਤੀ ਨੇ ਉਸਦੇ ਨਾਲ ਜਾਨਵਰਾਂ ਦੇ ਵਾਂਗ ਵਿਵਹਾਰ ਕੀਤਾ ਤੇ ਉਹ ਹੁਣ ਹਾਨੀ ਸਿੰਘ ਤੋਂ ਵੱਖ ਹੋਣਾ ਚਾਹੁੰਦੀ ਹੈ ਸ਼ਾਲਨੀ ਨੇ 10 ਕਰੋੜ ਰੁਪਏ ਦੇ ਮੁਆਵਜ਼ੇ ਦੀ ਵੀ ਇੱਥੇ ਮੰਗ ਕੀਤੀ ਸੀ ਦੱਸਦੀ ਹੈ ਕਿ ਹਾਨੀ ਸਿੰਘ ਅਤੇ ਸ਼ਾਲਨੀ ਤਲਵਾਰ ਵਿਆਹ ਤੋਂ ਪਹਿਲਾਂ ਬਹੁਤ ਚੰਗੇ ਦੋਸਤ ਰਹੇ ਹੌਲੀ-ਹੌਲੀ ਉਹਨਾਂ ਦੀ ਦੋਸਤੀ ਪਿਆਰ ਦੇ ਵਿੱਚ ਬਦਲ ਗਈ ਅਦੇ ਸਾਲ 2011 ਦੇ ਵਿੱਚ ਉਹਨਾਂ ਨੇ ਦਿੱਲੀ ਦੇ ਇੱਕ ਗੁਰਦੁਆਰੇ ਦੇ ਵਿੱਚ ਵਿਆਹ ਕਰਾ ਲਿਆ ਸੀ ਸਾਲ 2014 ਦੇ ਵਿੱਚ ਹਨੀ ਸਿੰਘ ਨੇ ਆਪਣੀ ਪਤਨੀ ਨੂੰ ਪਹਿਲੀ ਵਾਰ ਰਿਐਲਿਟੀ ਸ਼ੋਅ ਇੰਡੀਆਜ਼ ਰੌਕਸਟਾਰ ਸ਼ੋਅ ਦੇ ਵਿੱਚ ਇੰਟਰੋਡਿਊਸ ਕੀਤਾ ਸੀ ਕਰੇਲੂ ਮਸਲੇ ਸ਼ੱਕ ਇਸ ਤਰ੍ਹਾਂ ਵੱਧ ਗਏ ਕਿ ਹੁਣ ਤਲਾਕ ਤੱਕ ਲੈਣਾ ਪੈ ਗਿਆ ਔਰ ਹਨੀ ਸਿੰਘ ਤੇ ਸ਼ਾਲਨੀ ਤਲਵਾਰ ਵੱਖ ਹੋ ਚੁੱਕੇ ਨੇ ਹੁਣ ਕਾਨੂੰਨੀ ਤੌਰ ਤੇ પતિ ਪਤਨੀ ਵੀ ਨਹੀਂ ਰਹਿਣਗੇ ਔਰ ਨਹੀਂ ਇੱਕ ਘਰ ਦੇ ਵਿੱਚ ਰਹਿ ਸਕਦੇ ਨੇ ਸੋ ਤਲਾਕ ਹੋ ਚੁੱਕਿਆ ਹੈ ਦਿੱਲੀ 33000 ਦੀ ਅਦਾਦਤ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਘਰੇਲੂ ਹਿੰਸਾ ਦੇ ਦੋਸ਼ ਲਗਾਏ ਸੀ ਔਰ ਇਹ ਵੀ ਕਿਹਾ ਗਿਆ ਕਿ ਹਨੀ ਸਿੰਘ ਹੋਰ ਔਰਤਾਂ ਦੇ ਨਾਲ ਸਬੰਧ ਬਣਾਉਂਦਾ ਹੈ ਇਹ ਵੀ ਗੱਲਾਂ ਉਸ ਦੀ ਪਤਨੀ ਦੇ ਵੱਲੋਂ ਰੱਖੀਆਂ ਗਈਆਂ ਕਿ ਬਾਹਰ ਜਾਣ ਦਾ ਬਹਾਨਾ ਲਗਾ ਕੇ ਬਾਕੀ ਔਰਤਾਂ ਦੇ ਨਾਲ ਫਿਜ਼ੀਕਲ ਰਿਲੇਸ਼ਨ ਇਹਨਾਂ ਦੇ ਵੱਲੋਂ ਬਣਾਏ ਜਾਂਦੇ ਨੇ ਤਾਂ ਵੀਰਵਾਰ ਨੂੰ ਹਨੀ ਸਿੰਘ ਦੇ ਵੱਲੋਂ 1 ਕਰੋੜ ਰੁਪਏ ਦੇ ਵਿੱਚ ਸਾਰਾ ਜਿਹੜਾ ਮਸਲਾ ਸੁਲਝਾ ਲਿਆ ਗਿਆ ਯਾਨੀ ਕਹਿ ਸਕਦੇ ਹਾਂ ਕਿ ਹੁਣ ਤਲਾਕ ਹੋ ਗਿਆ ਹੁਣ ਹਨੀ ਤੇ ਸ਼ਾਲਨੀ ਦੋਨੋਂ ਵੱਖ-ਵੱਖ ਹੋ ਚੁੱਕੇ ਨੇ ਬਿਊਰੋ ਰਿਪੋਰਟ ਲਿਵਿੰਗ ਇੰਡੀਆ న్యూਸ ਹਨੀ ਸਿੰਘ ਦਾ ਹੋਇਆ ਆਪਣੀ ਪਤਨੀ ਦੇ ਨਾਲ ਤਲਾਕ 1 ਕਰੋੜ ਰੁਪਏ ਦੇ ਵਿੱਚ ਹੋ ਗਿਆ ਸਮਝੌਤਾ ਜਾਣੋ ਕੀ ਬਣਿਆ ਤਲਾਕ ਦਾ ਕਾਰਨ ਪੰਜਾਬੀ ਗਾਇਕ ਹਨੀ ਸਿੰਘ ਅਤੇ ਉਹਨਾਂ ਦੀ ਪਤਨੀ ਸ਼ਾਲਨੀ ਤਲਵਾਰ ਦਾ ਤਲਾਕ ਹੋ ਗਿਆ ਸ਼ਾਲਨੀ ਤਲਵਾਰ ਨੇ ਪਿਛਲੇ ਸਾਲ ਦਿੱਲੀ ਦੀ 30 ਹਜ਼ਾਰੀ ਅਦਾਲਤ ਦੇ ਵਿੱਚ ਤਲਾਕ ਦੀ ਪਟੀਸ਼ਨ ਦਾਇਰ ਕਰਕੇ ਗਾਇਕ ਤੇ ਘਰੇਲੂ ਹਿੰਸਾ ਅਤੇ ਹੋਰ ਔਰਤਾਂ ਦੇ ਨਾਲ ਸਰੀਰਕ ਸੰਬੰਧਾਂ ਸਮੇਤ ਕਾਫੀ ਗੰਭੀਰ ਦੋਸ਼ ਲਾਈ ਸੀ ਇਸ ਨਾਲ ਹੀ ਹਨੀ ਸਿੰਘ ਅਤੇ ਸ਼ਾਲਨੀ ਹੁਣ ਅਧਿਕਾਰਤ ਤੌਰ ਤੇ ਵੱਖ ਹੋ ਗਏ ਨੇ ਖਬਰਾਂ ਦੀ ਮੰਨੀ